ਦੋਸਤੋ ਐਡਮਿੰਟਨ ਅਤੇ ਵੇਗਸ ਦਾ ਮੁਕਾਬਲੇ ਦੇ ਨਾਲ ਸ਼ੁਰੂ ਕਰਦੇ ਹਾਂ 2015 ਦੇ ਟਾਪ ਦੋ ਪਿੱਕ ਜਿਹੜੇ ਸੀ ਜੈਕ ਆਈਕਲ ਇੱਕ ਪਾਸੇ ਕੋਨਰ ਮੈਕਡੇਵਿਡ ਦੂਜੇ ਪਾਸੇ ਸ਼ਾਨਦਾਰ ਮੁਕਾਬਲਾ ਜੀ ਵੇਗਸ ਵੀ ਆਪਣੇ ਪਲੇਆਫ ਲਾਈਫ ਲਈ ਲੜ ਰਹੇ ਸੀ ਤਾਂ ਆਹ ਕੀ ਬਚਾ ਮਾਈਕ ਸਮਿਥ ਡੈਗਦਾ ਫਿਰਦਾ ਪਰ ਫਿਰ ਵੀ ਬਚਾ ਬਣਾ ਗਿਆ ਲੱਤ ਦੇ ਨਾਲ ਕੀ ਬਾਤ ਜੀ ਇੱਥੇ ਹਾਲੇ ਮੁਕਾਬਲਾ ਚੱਲ ਰਿਹਾ ਸੀ ਤਾਂ ਗੋਲ ਲੱਭ ਲੈਣਾ ਹਾਂ ਜੀ ਹਾਂ ਕਿਹੜੇ ਖਿਡਾਰੀ ਕੀ ਵੇਟ ਕਰਦਾ ਰਿਹਾ ਜੈਕ ਹੈਸਿਨ ਪਾਸ ਦਿੱਤਾ ਕ੍ਰਿਸ ਰਸਲ ਇੱਥੇ ਜ਼ੈਕ ਕੈਸੀਅਨ ਪਾਸ ਦੇ ਰਿਹਾ ਜਿੱਦਾਂ ਜੌਨੀ ਗਰੋ ਹੁੰਦਾ ਸਬਰ ਦੇ ਨਾਲ ਲੱਭਿਆ ਸਾਥੀ ਰਸੋ ਪਹਿਲਾ ਗੋਲ ਸੀਜ਼ਨ ਦਾ ਕੈਸੀਅਨ ਨੇ ਤੇਰੇ ਮੰਗਲ ਵੇਟ ਕਰੀ ਗਿਆ ਆਹ ਦੇਖ ਲਓ ਜੀ 2-0 ਹੋ ਗਿਆ ਖੋੜੀ ਸੀਸੀ ਡਿਫੈਂਸ ਗੋਲ ਕਰੀ ਜਾ ਰਿਹਾ ਖੋੜੀ ਸੀਸੀ ਨੇ ਮਾਰਿਆ ਸ਼ਾਟ ਸ਼ਾਨਦਾਰ ਟਿਪ 2-0 ਜਿੱਤ ਰਹੇ ਸੀ ਤਾਂ ਭੰਗੜੇ ਪਾ ਰਹੇ ਸੀ ਐਡਮਿੰਟਨ ਦੇ ਵਿੱਚ ਹੁਣ ਅਸੀਂ ਜਾਂਦੇ ਹਾਂ ਜੀ ਇੱਥੇ ਹਾਂਜੀ ਵਾਰਨ ਫੋਗਲ ਇਸ ਸਾਥੇ ਦੌੜਾਂ ਤੇ ਚੱਲ ਗਿਆ ਬੜੀ ਸਮੂਥ ਸਕੇਟਿੰਗ ਉਹ ਵੀ ਸਮੂਥ ਡਰਾਈਵ ਸ਼ੈਵਰਲੇ ਦੀ ਗੱਡੀ ਮੰਗਲ ਕਰ ਗਿਆ ਗੋਲ ਤੇਜ਼ ਰਫਤਾਰ ਅਤੇ ਵਾਰਨ ਫੋਗਲ ਦੀ ਪੱਕ ਚੋਰੀ ਕਰਕੇ ਕੀਤਾ 12ਵਾਂ ਗੋਲ ਸੀਜ਼ਨ ਦਾ ਇਸ ਕਰਕੇ ਲਿਆਂਦਾ ਸੀ ਐਡਮਿੰਟਨ ਓਇਲਰਸ ਨੇ ਇਸ ਆਪਣੀ ਟੀਮ ਦੇ ਵਿੱਚ ਇਹਨੂੰ ਵਾਰੀ ਵਾਰ 3-0 ਜਿੱਤ ਰਹੇ ਸੀ ਤਾਂ ਬੱਲੇ ਬੱਲੇ ਹੋ ਰਹੀ ਸੀ ਖੁਸ਼ ਐਡਮਿੰਟਨ ਦੇ ਵਿੱਚ ਬੜੇ ਵਧੀਆ ਵਾਈਬ ਸੀ ਐਡਮਿੰਟਨ ਤੇ ਆਹ ਦੇਖੋ ਆਈਕਲ ਤੇ ਬਚਾ ਫੇ ਇੱਕ ਹੋਰ ਬਚਾ ਕਰਨਾ ਇੱਥੇ ਮਾਈਕ ਸਮਿਥ ਨੇ ਪੈਟਰੋ ਐਂਜਲੋ ਤੇ ਪਦਲੇ ਪਾਸੇ ਆਹ ਦੇਖੋ ਕਿੰਨਾ ਵਧੀਆ ਮੌਕਾ ਸੀ ਵੇਗਸ ਕੋਲ ਨਹੀਂ ਸੀ ਪਰ ਇਹਨਾਂ ਨੂੰ ਡਰਾਉਣੇ ਸੁਪਨੇ ਆਣੇ ਆ ਮਾਈਕ ਸਮਿਥ ਦੇ 3-0 ਹਾਲੇ ਵੀ ਜਿੱਤ ਰਹੇ ਸੀ ਤਾਂ ਇੱਕ ਹੋਰ ਲੱਭ ਲਿਆ ਆਹ ਦੇਖਿਓ ਜੀ ਰਾਇਨ ਨਿਊਜਨ ਹੌਪਕਿੰਸ ਗਿਆ ਕਿਸੇ ਤਰੀਕੇ ਨਾਲ ਪੱਕ ਪੈ ਗਿਆ ਜੀ ਨੈਟ ਦੇ ਵਿੱਚ ਮਾੜਾ ਐਂਗਲ ਰਾਇਨ ਨਿਊਜਨ ਹੌਪਕਿੰਸ 11ਵਾਂ ਗੋਲ ਪੱਕ ਸਮਾਰ ਨਾ ਹੋਈ ਥੌਮਸਨ ਤੋਂ ਤਾਂ ਜਿੱਤ ਗਏ ਜੀ ਜਿੱਤ ਗਏ ਐਡਮਿੰਟਨ ਓਇਲਰਸ